ਪੈਸੇ ਦਾ ਲਾਲਚ ਜਾਂ ਹੋਰ ਕਿਸਮ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੰਜਾਬ ਦੇ ਲੋਕਾਂ ਦੁਆਰਾ ਭਾਰੀ ਬਹੁਮਤ ਨਾਲ ਚੁਣੀ ਹੋਈ ਮਨਪਸੰਦ ਸਰਕਾਰ ਨੂੰ ਤੋੜਿਆ ਜਾ ਸਕੇ। ਉਸ ਵੇਲੇ ਵਿਰੋਧੀ ਪਾਰਟੀਆਂ ਕੋਲੇ ਵੀ ਬਹੁਤ ਸਾਰਾ ਪੈਸਾ ਸੀ, ਬਹੁਤ ਸਾਰਾ ਇਹੋ ਜਿਹਾ ਸਮਾਨ ਸੀ ਕਿ ਲੋਕਾਂ ਨੂੰ ਲਾਲਚ ਦੇਈਏ ਪਰ ਲੋਕਾਂ ਨੇ ਉਹ ਪੈਸੇ ਤੇ ਉਹ ਲਾਲਚਾਂ ਨੂੰ ਲੱਤ ਮਾਰ ਕੇ ਸਾਡੇ ਤੇ ਵਿਸ਼ਵਾਸ ਕੀਤਾ। ਸਤਿ ਸ਼੍ਰੀ ਅਕਾਲ ਮੈਂ ਹਰਮਨ ਕੋਲਾਰਕ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦਾ ਸੋਸ਼ਲ ਮੀਡੀਆ ਪਲੇਟਫਾਰਮ। ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਹੈ ਆਪਰੇਸ਼ਨ ਲਾਟਸ ਨੂੰ ਲੈ ਕੇ ਆਪਰੇਸ਼ਨ ਲਾਟਸ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਮੰਤਰੀ ਅਤੇ ਵਿਧਾਇਕਾਂ ਨੇ ਜਿਹੜੇ ਭਾਜਪਾ ਦੇ ਉਹਨਾਂ ਦੇ ਫੋਨ ਕਾਲ ਬਾਰੇ ਕਿਹਾ ਸੀ ਕਿ ਫੋਨ ਕਾਲ ਕਰਕੇ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਚਾਂਸਾ ਦਿੱਤਾ ਜਾ ਰਿਹਾ ਤੇ ਪੈਸੇ ਦਾ ਜਿਹੜਾ ਹੈਗਾ ਲਾਲਚ ਵੱਡੇ ਪੱਧਰ ਤੇ ਦਿੱਤਾ ਜਾ ਰਿਹਾ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੜੀ ਉਹਨਾਂ ਦੀ ਜੀ ਜਾਣ ਹੈ ਉਹ ਵਿਧਾਇਕ ਨੇ ਮੰਤਰੀ ਨੇ ਉਹਨਾਂ ਨੂੰ ਕਿਸੇ ਤਰੀਕੇ ਖਰੀਦਿਆ ਜਾ ਸਕੇ ਇਹ ਸਾਰੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਲਗਾਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਕਈ ਅਜਿਹੇ ਵਿਧਾਇਕਾਂ ਤੇ ਮੰਤਰੀਆਂ ਦੀ ਜਿਨ੍ਹਾਂ ਨੇ ਇਹ ਵੀ ਦੱਸਿਆ ਲਾਈਵ ਹੋ ਕੇ ਦੱਸਿਆ ਕਿ ਕਾਫੀ ਤਰੀਕੇ ਦੀਆਂ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੱਕ ਨੂੰ ਦਿੱਤੀਆਂ ਗਈਆਂ ਪਰ ਜਿਹੜਾ ਉਹਨਾਂ ਦਾ ਮੋਰਲ ਸੀ ਉਹ ਕਿਸੇ ਵੀ ਲੈਵਲ ਤੇ ਜਾ ਕੇ ਭਾਜੀਪੀ ਨੇ ਜਿੱਥੇ ਤੱਕ ਵੀ ਚੈੱਕ ਕੀਤਾ ਉਹ ਨਹੀਂ ਡਿਗਿਆ ਤੇ ਉਹਨਾਂ ਨੇ ਇਲਜ਼ਾਮ ਜਿਹੜੇ ਲਗਾਏ ਸੀ ਭਾਜੀਪੀ ਤੇ ਤੇ ਭਾਜੀਪੀ ਨੇ ਸਾਰੇ ਹੀ ਨਕਾਰ ਦਿੱਤੇ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਲਾਕੀ ਲੋੜ ਪਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇਸ ਤਰੀਕੇ ਦੇ ਨਾਲ ਖਰੀਦਣ ਦੀ ਸੋ ਆਪਰੇਸ਼ਨ ਲੋਟਸ ਨੂੰ ਲੈ ਕੇ ਕਾਫੀ ਦੇਰ ਤੱਕ ਸਿਆ ਸਤ ਗਰਮਉਂਦੀ ਰਹੀ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਸੀਐਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਸਾਰਾ ਕੁਝ ਵਾਪਰਿਆ ਪਰ ਜਦੋਂ ਸੀਐਮ ਭਗਵੰਤ ਮਾਨ ਨੇ ਬਿਆਨ ਦਿੱਤਾ ਤਾਂ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੇ ਹੱਕ ਵਿੱਚ ਬਿਆਨ ਦਿੱਤਾ ਉਹਨਾਂ ਕਿਹਾ ਕਿ ਮੈਨੂੰ ਆਪਣੇ ਵਿਧਾਇਕਾਂ ਤੇ ਮੰਤਰੀਆਂ ਤੇ ਪੂਰਾ ਮਾਣ ਹੈ ਚਾਹੇ ਤੁਸੀਂ ਉਹਨਾਂ ਨੂੰ ਕੁਝ ਵੀ ਲਿਆ ਕੇ ਦੇ ਦਿਓ ਪਰ ਉਹ ਕਿਸੇ ਵੀ ਤਰੀਕੇ ਡਾਵਾ ਡੋਲ ਨਹੀਂ ਹੋ ਸਕਦੇ ਸੋ ਉਹਨੂੰ ਪ੍ਰੂਵ ਕਰਨ ਦੇ ਲਈ ਹਰ ਪਾਸੋਂ ਜਿਹੜੇ ਵਿਰੋਧੀ ਸੀਗੇ ਉਹ ਸਵਾਲ ਵੀ ਚੱਕ ਰਹੇ ਸੀ ਕਿ ਆਖਰ ਸੀਐਮ ਭਗਵੰਤ ਮਾਨ ਇਸ ਨੂੰ ਪ੍ਰੂਵ ਕਿੱਦਾਂ ਕਰਨਗੇ ਕਿ ਬੀਜੇਪੀ ਇਸ ਤਰ੍ਹਾਂ ਦੀਆਂ ਸਟ੍ਰੈਟਜੀ ਅਖਤਿਆਰ ਕਰ ਰਹੀ ਹੈ ਸੋ ਇਸ ਤਰੀਕੇ ਦੀ ਜਿਹੜੀ ਰਾਜਨੀਤੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਸ ਨੂੰ ਡੇਗਣ ਦੇ ਲਈ ਜਿਵੇਂ ਕਿ ਗੋਆ ਹੋ ਗਿਆ ਹਿਮਾਚਲ ਹੋ ਗਿਆ ਉੱਥੇ ਆਪਰੇਸ਼ਨ ਲੋਟਸ ਦੇ ਦੌਰਾਨ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਵੀ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਸੁਸੀਮ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਇੱਕ ਵਿਸ਼ੇਸ਼ ਸੈਸ਼ਨ ਜੀ ਹਾਂ 22 ਤਰੀਕ ਨੂੰ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਜਿਸ ਦੇ ਵਿੱਚ VOTING ਹੋਵੇਗੀ ਤੇ ਉਸ ਤੋਂ ਬਾਅਦ ਹੋਰ ਇਸ ਸੈਸ਼ਨ ਦੇ ਵਿੱਚ ਕੀ ਖਾਸ ਹੋਵੇਗਾ ਜਾਂ ਕਿਦਾਂ ਸੇਮ ਭਗਵੰਤ ਮਾਨ ਨੇ ਜਿੱਦਾਂ ਕਿ ਇਹ ਦੱਸਿਆ ਕਿ ਉਹ ਹਰ ਹਾਲ ਦੇ ਵਿੱਚ ਇਹ ਪ੍ਰੂਵ ਕਰਕੇ ਰਹਿਣਗੇ ਉਹਨਾਂ ਨੇ ਇੱਕ ਤਰੀਕੇ ਦਾ ਜਿਹੜਾ ਇਹ ਪ੍ਰੂਫ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਕਿ BJP ਇਸ ਤਰ੍ਹਾਂ ਦੀ ਸਟ੍ਰੈਟੇਜੀ ਤਿਆਰ ਕਰ ਰਹੀ ਹੈ ਉਸ ਨੂੰ ਪ੍ਰੂਵ ਕਰਨ ਦੇ ਲਈ ਉਹਨਾਂ ਨੇ 22 ਤਰੀਕ ਦਾ ਜਿਹੜਾ ਸੈਸ਼ਨ ਹੈ ਉਹ ਮਿਥ ਲਿਆ ਤੇ ਇਸ ਦੌਰਾਨ ਉਹ ਕਿਦਾਂ ਬੀਜੇਪੀ ਦੀ ਸਟ੍ਰੈਟਜੀ ਦਾ ਪਰਦਾ ਫਾਸ਼ ਕਰਨਗੇ ਤੇ ਇਸ ਦੇ ਦੌਰਾਨ ਹੋਰ ਕੀ ਕੀ ਚੀਜ਼ਾਂ ਇਹਦੇ ਵਿੱਚ ਕੀਤੀਆਂ ਜਾਣਗੀਆਂ ਜਿਸ ਨਾਲ ਇਹ ਸਪਸ਼ਟ ਹੋ ਜਾਏਗਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਨੇ ਜਿਹੜੇ ਦੋਸ਼ ਲਗਾ ਰਹੇ ਨੇ ਵੱਡੇ ਦੋਸ਼ ਲਗਾ ਰਹੇ ਨੇ ਸੈਂਟਰ ਵਿੱਚ ਬੈਠੀ ਸਰਕਾਰ ਤੇ ਉਹ ਬਿਲਕੁਲ ਸਹੀ ਨੇ ਸਸ਼ੀਕਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪਿਛਲੇ ਦਿਨੀ ਤੁਸੀਂ ਸਭ ਨੇ ਮੀਡੀਆ ਦੇ ਵਿੱਚ ਪੜਿਆ ਸੁਣਿਆ ਦੇਖਿਆ ਹੋਣਾ ਕਿ ਕਿਵੇਂ ਇਹਨਾਂ ਨੇ ਸਾਡੇ ਐਮਐਲਏਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੈਸੇ ਦਾ ਲਾਲਚ ਜਾਂ ਹੋਰ ਕਿਸਮ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੰਜਾਬ ਦੇ ਲੋਕਾਂ ਦੁਆਰਾ ਭਾਰੀ ਬਹੁਮਤ ਨਾਲ ਚੁਣੀ ਹੋਈ ਮਨਪਸੰਦ ਸਰਕਾਰ ਨੂੰ ਤੋੜਿਆ ਜਾ ਸਕੇ ਪਰ ਸ਼ਾਇਦ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਸੀ ਵੋਟਾਂ ਪੈ ਰਹੀਆਂ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਕੋਲੇ ਵੀ ਬਹੁਤ ਸਾਰਾ ਪੈਸਾ ਸੀ ਬਹੁਤ ਸਾਰਾ ਇਹੋ ਜਿਹਾ ਸਮਾਨ ਸੀ ਕਿ ਲੋਕਾਂ ਨੂੰ ਲਾਲਚ ਦਈਏ ਪਰ ਲੋਕਾਂ ਨੇ ਉਹ ਪੈਸੇ ਤੇ ਉਹ ਲਾਲਚਾਂ ਨੂੰ ਲਤ ਮਾਰ ਕੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਦੋਸਤੋ ਵਿਸ਼ਵਾਸ ਇੱਕ ਇਹੋ ਜੀ ਚੀਜ਼ ਹੈ ਜਿਹਦੀ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਉਸੇ ਵਿਸ਼ਵਾਸ ਨੂੰ ਅਸੀਂ ਕਾਇਮ ਰੱਖਾਂਗੇ ਪੰਜਾਬ ਦੇ ਐਮਐਲਏ ਇੱਕ ਚਟਾਨ ਵਾਂਗੂ ਪੰਜਾਬ ਦੇ ਨਾਲ ਖੜੇ ਨੇ ਪੰਜਾਬੀਆਂ ਦੇ ਨਾਲ ਖੜੇ ਨੇ ਇਸ ਵਿਸ਼ਵਾਸ ਮਤ ਨੂੰ ਕਾਨੂੰਨੀ ਤੌਰ ਤੇ ਦਿਖਾਉਣ ਲਈ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ 22 ਤਰੀਕ ਨੂੰ ਬੁਲਾ ਰਹੇ ਹਾਂ ਵੀਰਵਾਰ ਨੂੰ ਉਹਦੇ ਵਿੱਚ ਅਸੀਂ ਦਿਖਾ ਦੇਾਂਗੇ ਕਿ ਜਿਹੜੇ ਐਮਐਲਏ ਨੇ ਚੁਣੇ ਹੋਏ ਐਮਐਲਏ ਨੇ ਲੋਕਾਂ ਦੇ ਉਹ ਪੰਜਾਬ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸাকার ਕਰਨ ਲਈ ਕਿੰਨੇ ਦ੍ਰਿੜ ਨੇ ਤੇ ਉਹ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਾਲੀ ਜਿਹੜੀ ਲੜਾਈ ਹੈ ਉਹਦੇ ਵਿੱਚ ਕਿਸੇ ਕਿਸਮ ਦੇ ਲਾਲਚ ਨਹੀਂ ਆਉਣਗੇ ਸੋ ਵੀਰਵਾਰ ਨੂੰ 22 ਸਤੰਬਰ ਨੂੰ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਹੋਊਗਾ ਜਿਦੇ ਵਿੱਚ ਅਸੀਂ ਵਿਸ਼ਵਾਸ ਮਤ ਲੈ ਕੇ ਆਵਾਂਗੇ ਤੇ ਕਾਨੂੰਨੀ ਤੌਰ ਤੇ ਵੀ ਅਸੀਂ ਦਿਖਾ ਦੇਾਂਗੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੀ ਸਰਕਾਰ ਦੇ ਵਿੱਚ ਆਪਣੀ ਮਨਪਸੰਦ ਸਰਕਾਰ ਦੇ ਵਿੱਚ ਕਿੰਨਾ ਵਿਸ਼ਵਾਸ ਕਰਦੇ ਨੇ ਇਨਕਲਾਬ ਜਿੰਦਾਬਾਦ